ਹੈਲੋ ਫਰੈਂਡ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਕਿਵੇਂ ਹੋ ਤੁਸੀਂ ਸਾਰੇ? ਮੈਂ ਬਿਲਕੁਲ ਠੀਕ ਠਾਕ ਹਾਂ ਜੀ। ਮੈਂ ਅੱਜ ਹੈਗੀ ਹਾਂ ਕਿਚਨ ਦੇ ਵਿੱਚ, ਦੁਪਹਿਰ ਦਾ ਟਾਈਮ ਆ ਅਤੇ ਅੱਜ ਮੈਂ ਲੱਗੀ ਹਾਂ ਅਚਾਰ ਬਣਾਉਣ, ਇੰਸਟੈਂਟ ਅਚਾਰ। ਹਾਂਜੀ ਫਰੈਂਡਸ, ਅਚਾਰ ਮੈਂ ਬਣਾਉਣਾ ਹੈਗਾ ਔਲਿਆਂ ਦਾ। ਇਹ ਔਲੇ ਨਾ ਸਾਡੇ ਗੁਆਂਢੀਆਂ ਦੇ ਦਰਖਤ ਲੱਗਿਆ ਹੋਇਆ ਵਾ, ਔਲਿਆਂ ਦਾ ਪੇੜ ਲੱਗਿਆ ਹੋਇਆ, ਉਹਦੇ 'ਤੇ ਸੀਗੇ, ਤੋੜ ਕੇ ਲਿਆਂਦੇ। ਅਤੇ ਅੱਜ ਮੈਂ ਬਣਾਉਣਾ ਹੈਗਾ ਇਹਨਾਂ ਦਾ ਅਚਾਰ। ਆਹ ਇਹਨਾਂ ਨੂੰ ਕੱਟ ਲਿਆ ਜਿਵੇਂ ਫਾੜੀਆਂ ਦੇ ਨਾਲ, ਇਹ ਪਹਿਲਾਂ ਮੈਂ ਵੀਡੀਓ ਬਣਾਉਣੀ ਭੁੱਲ ਗਈ ਸੀ ਕੱਟਦੇ ਹੋਏ, ਆਹ ਮੈਂ ਕੱਟ ਲਿਆ ਹੋਇਆ। ਅਤੇ ਇਹਦੇ ਵਿੱਚ ਹੀ ਪਾਉਣੀਆਂ ਨੇ ਮੈਂ ਥੋੜ੍ਹੀਆਂ ਜਿਹੀਆਂ ਹਰੀਆਂ ਮਿਰਚਾਂ, ਇਹਨਾਂ ਨੂੰ ਮੈਂ 2 ਪੀਸਾਂ 'ਚ ਕਰ ਲਿਆ ਹੋਇਆ ਵਾ। ਅਤੇ ਆਹ ਹੈਗੇ ਨੇ ਮੇਰੇ ਮਸਾਲੇ, 2 ਚਮਚ ਮੈਂ ਲਈ ਹੈਗਾ ਮੇਥੀ ਦਾਣਾ, ਅਤੇ 2 ਤੋਂ 2.5 ਚਮਚ ਹੈਗੇ ਆ ਧਨੀਏ ਦੇ, ਸੁੱਕਾ ਧਨੀਆ। ਅਤੇ ਆਹ 1.5 ਚਮਚ ਹੈਗਾ ਰਾਈ ਆਪਣੀ, ਅਤੇ ਮਸਟਰਡ ਸੀਡ, ਅਤੇ ਉਹ ਹੈਗਾ 1.5 ਚਮਚ ਹੀ ਜੀਰਾ। ਅਤੇ ਹੋਰ ਜ਼ਿਆਦਾ ਆਪਾਂ ਮਸਾਲੇ ਪਾਉਣੇ ਨਹੀਂ ਹੋਗੇ, ਅਤੇ ਲੂਣ ਪਾ ਦਾਂਗੇ ਵਿੱਚ, ਮਿਰਚਾਂ ਤਾਂ ਦੇਖੋ ਹੈਗੀਆਂ ਨੇ। ਅਤੇ ਇੱਧਰ ਮੈਂ ਗੈਸ 'ਤੇ ਰੱਖਤੀ ਹੈਗੀ ਆ ਫਰਾਈਪੈਨ, ਪਹਿਲਾਂ ਇਹਦੇ ਵਿੱਚ ਮੈਂ ਮਸਾਲੇ ਰੋਸਟ ਕਰੂੰਗੀ ਥੋੜ੍ਹੇ ਜਿਹੇ। ਇੱਧਰ ਨਾਲ ਹੀ ਮੈਂ ਰੱਖਤੀ ਕੜਾਹੀ ਤੇਲ ਪਾ ਕੇ, ਇੱਧਰ ਦੀ ਨਾਲ ਦੀ ਨਾਲ ਮੈਂ ਔਲਿਆਂ 'ਤੇ ਫਰਾਈ ਕਰੂੰਗੀ। ਹਾਂਜੀ, ਕਰਦੇ ਹਾਂ ਜੀ ਆਪਾਂ ਸਟਾਰਟ। ਹਾਂਜੀ ਫਰੈਂਡਸ, ਪਹਿਲਾਂ ਆਪਾਂ ਪਾ ਦੇਣੇ ਹੈਗੇ ਨੇ ਸਾਰੇ ਮਸਾਲੇ ਵਿੱਚ, ਇਹਨਾਂ ਨੂੰ ਰੋਸਟ ਕਰਦੇ ਹਾਂ। ਡੁੱਲਣਾ ਜਾਇਓ ਭਾਈ। ਤੇ ਇਹਨਾਂ ਨੂੰ ਰੋਸਟ ਕਰਾਂਗੇ, ਮਾੜਾ ਜਿਹਾ ਗੈਸ ਤੇਜ਼ ਕਰਕੇ ਫਰਾਈਪੈਨ ਨੂੰ ਗਰਮ ਕਰ ਲੈਣਾ, ਇੱਕ ਵਾਰ ਫਿਰ ਲੋਅ ਕਰ ਦਾਂਗੇ। ਅਤੇ ਇੱਧਰ ਆਪਾਂ ਬਸ ਤੇਲ ਗਰਮ ਹੋ ਗਿਆ, ਆਪਾਂ ਪਾ ਦਈਏ ਵਿੱਚ ਆਮਲੇ। ਥੋੜ੍ਹਾ ਜਿਹਾ ਪਹਿਲਾਂ ਆਮਲਿਆਂ ਨੂੰ ਆਪਾਂ ਰੋਸਟ ਕਰ ਲਈਏ, ਇਹਨਾਂ ਨੂੰ 2-4 ਮਿੰਟ ਵੱਧ ਲੱਗਣਗੇ। ਮਿਰਚਾਂ ਨੂੰ ਤਾਂ ਜ਼ਿਆਦਾ ਟਾਈਮ ਨਹੀਂ ਲੱਗਣਾ, ਉਹ ਤਾਂ ਮੈਂ 2-2 ਪੀਸ ਕਰੇ ਹੋਏ, ਉਹ ਥੋੜ੍ਹਾ ਜਿਹਾ ਆਪਾਂ ਬਾਅਦ 'ਚ ਪਾਉਂਦੇ ਹਾਂ। ਅਤੇ ਹਾਂਜੀ, ਇੱਧਰ ਆਪਾਂ ਨਾਲ ਦੀ ਨਾਲ ਕਰਾਂਗੇ ਮਸਾਲੇ ਰੋਸਟ। ਇਹ ਬਸ ਗਰਮ ਜਿਹੇ ਕਰਕੇ ਆਪਾਂ ਪੀਸ ਲੈਣੇ ਮਿਕਸੀ ਦੇ ਨਾਲ, ਚਾਹੇ ਤੁਸੀਂ ਕੁੱਟ ਕੇ ਪਾ ਲਓ, ਬਹੁਤ ਜ਼ਿਆਦਾ ਬਰੀਕ ਕਰਨ ਦੀ ਲੋੜ ਨਹੀਂ ਹੈਗੀ। ਦੈੜ ਫੈੜ ਜਿਹੇ ਕਰਕੇ ਮੂੰਹ ਵਿੱਚ ਆਉਂਦਾ ਵੀ ਮਸਾਲਾ ਥੋੜ੍ਹਾ ਜਿਹਾ ਵਧੀਆ ਲੱਗਦਾ ਹੈਗਾ। ਮਸਾਲਾ ਬਹੁਤ ਜ਼ਿਆਦਾ ਨਹੀਂ ਪਾ ਰਹੀ ਮੈਂ, ਬੱਚੇ ਤੁਹਾਨੂੰ ਪਤਾ ਅੱਜ ਕੱਲ੍ਹ ਇਹੋ ਜਿਹੀਆਂ ਚੀਜ਼ਾਂ ਖਾਂਦੇ ਨਹੀਂ ਹੈਗੇ ਜ਼ਿਆਦਾ, ਛੋਟੇ ਬੱਚੇ ਤਾਂ ਬਿਲਕੁਲ ਹੀ ਨਹੀਂ ਖਾਂਦੇ। ਮਸਾਲਿਆਂ 'ਚ ਆਵਾਜ਼ ਆਉਣ ਲੱਗ ਗਈ, ਬਸ ਆਪਾਂ ਗੈਸ ਕਰ ਦੇਣਾ ਬੰਦ। ਇਹਨਾਂ ਨੂੰ ਆਪਾਂ ਕਰਦੇ ਹਾਂ ਠੰਡਾ, ਗੈਸ ਤੋਂ ਲਾ ਕੇ ਨੀਚੇ ਰੱਖ, ਗੈਸ ਗਰਮ ਆ, ਜ਼ਿਆਦਾ ਨਾ ਗੜ ਜਾਣ। ਇੱਧਰ ਆਪਣੇ ਫਰਾਈ ਹੋ ਰਹੇ ਨੇ ਆਮਲਾ, ਆਮਲੇ ਆਮਲੇ
ਦਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਖਾਣ ਵਿੱਚ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਆ। ਅਤੇ ਕੱਲ੍ਹ ਮੈਂ ਇੱਕ ਵੀਡੀਓ ਦੇਖ ਰਹੀ ਸੀ, ਉਹਦੇ ਵਿੱਚ ਇੱਕ ਬੈਰ ਦੱਸ ਰਹੇ ਸੀਗੇ ਜਿਹੜਾ ਇੱਕ ਆਮਲਾ ਉਹਦੇ ਵਿੱਚ 6 ਕਿਲੋ ਔਰੇਂਜ ਸੰਤਰਿਆਂ ਦੇ ਜਿੰਨਾ ਵਿਟਾਮਿਨ ਸੀ ਹੁੰਦਾ ਇੱਕ ਆਮਲੇ ਦੇ ਵਿੱਚ। ਦੇਖ ਲਓ ਕਿੰਨਾ ਗੁਣਕਾਰੀ ਆ। ਥੋੜ੍ਹਾ ਜਿਹਾ ਖਾਣ ਨੂੰ ਹੁੰਦਾ ਥੋੜ੍ਹਾ ਜਿਹਾ ਬਕਬਕਾ ਜਿਹਾ, ਅਤੇ ਵੈਸੇ ਅਚਾਰ ਬਣੇ ਜ਼ਿਆਦਾ ਵਧੀਆ ਲੱਗਦਾ। ਜਾਂ ਲੋਕ ਗਰਮੀਆਂ ਵਿੱਚ ਮੁਰੱਬਾ ਖਾ ਲੈਂਦੇ ਨੇ, ਠੰਡਾ ਹੁੰਦਾ ਜੀ, ਤਸੀਰ ਠੰਡੀ ਹੁੰਦੀ ਆ। ਅਤੇ ਆਇਰਨ ਵਿੱਚ ਇਹਦੇ ਹੁੰਦਾ ਆ, ਗੁਣਾਂ ਨਾਲ ਭਰਪੂਰ ਆ ਜੀ। ਇਹਨਾਂ ਆਂਵਲਿਆਂ ਨੂੰ ਆਪਾਂ ਬਹੁਤ ਜ਼ਿਆਦਾ ਵੀ ਨਹੀਂ ਫਰਾਈ ਕਰਨਾ ਹੈਗਾ, ਵੀ ਇਹਨਾਂ ਦੀ ਮਤਲਬ ਖੜ੍ਹੇ ਖੜ੍ਹੇ ਜੇ ਵੀ ਰਹਿਣ, ਥੋੜ੍ਹੇ ਜਿਹੇ ਜਮੇ ਹੀ ਨਾ ਫਿਸ ਜਾਣ ਇਹ। ਅਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਿੰਦੇ ਹਾਂ ਹਰੀਆਂ ਮਿਰਚਾਂ ਜਿਹੜੀਆਂ ਕੱਟ ਕੇ ਰੱਖੀਆਂ ਹੋਈਆਂ ਮੇਰੇ, ਦੋ ਦੋ ਪੀਸ ਕਰਕੇ। ਇਹਨਾਂ ਨੂੰ ਵੀ ਇੱਕ ਅੱਧਾ ਮਿੰਟ ਆਪਾਂ ਸੇਕ ਲਵਾ ਲਈਏ। ਹਾਂਜੀ ਫਰੈਂਡਸ, ਮਿਰਚਾਂ ਨੂੰ ਵੀ ਸੇਕ ਲੱਗ ਗਿਆ। ਹੁਣ ਆਪਾਂ ਇਹਦੇ ਵਿੱਚ ਪਾਉਂਦੇ ਹਾਂ ਮਸਾਲੇ। ਆ ਜਿਹੜੇ ਮਸਾਲੇ ਆਪਾਂ ਰੋਸਟ ਕਰੇ ਸੀਗੇ, ਉਹ ਮੈਂ ਮੋਟੇ ਮੋਟੇ ਜਿਹੇ ਦੈਣ ਲਏ ਮਿਕਸੀ ਦੇ ਵਿੱਚ। ਆਪਾਂ ਹੁਣ ਕਰਦੇ ਹਾਂ ਐਡ ਇਹਦੇ ਵਿੱਚ। ਅਤੇ ਕਲਰ ਦੇਣ ਵਾਸਤੇ ਹਲਦੀ ਪਾ ਦਿੰਦੇ ਹਾਂ, ਇੱਕ ਡੇਢ ਕੁ ਚਮਚ ਪਾ ਤਾ ਮੈਂ। ਸਭ ਤੋਂ ਮੇਨ ਚੀਜ਼ ਹੈਗੀ ਜੀ ਲੂਣ, ਆਪਾਂ ਐਡ ਕਰਦੇ ਹਾਂ ਇਹਦੇ ਵਿੱਚ ਲੂਣ ਐਡ। ਆਹ ਲਓ ਜੀ, ਮੈਂ ਇੱਕ ਆ ਵੱਡਾ ਚਮਚ ਲੈ ਰਹੀ ਹਾਂ, ਇਹ ਮੈਂ 2 ਚਮਚ ਭਰ ਕੇ ਪਾਊਂਗੀ। ਥੋੜ੍ਹਾ ਜਿਹਾ ਚਾਰ ਵਿੱਚ ਲੂਣ ਤੁਹਾਨੂੰ ਪਤਾ ਹੀ ਹੈ ਸਭ ਨੂੰ ਵੀ ਜ਼ਿਆਦਾ ਹੋਣਾ ਚਾਹੀਦਾ ਹੈ। ਗੈਸ ਆਪਾਂ ਕਰ ਦਿੰਦੇ ਹਾਂ ਬੰਦ, ਅਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਰੱਖ ਦੇਣਾ ਬਸ। ਹਾਂਜੀ ਫਰੈਂਡਸ, ਅਚਾਰ ਆਪਣਾ ਬਣ ਕੇ ਤਿਆਰ ਆ, ਖਾਣ ਲਈ ਰੈਡੀ ਆ, ਇੰਸਟੈਂਟ ਅਚਾਰ ਆ ਇਹ। ਅਤੇ ਆਪਾਂ ਬਸ ਠੰਡਾ ਹੁਣ ਕਰਦੇ ਹਾਂ, ਥੋੜ੍ਹੀ ਦੇਰ ਠੰਡਾ ਹੋਣ ਤੋਂ ਬਾਅਦ ਫਿਰ ਆਪਾਂ ਇਹਨੂੰ ਪਾਵਾਂਗੇ ਇੱਕ ਡੱਬੇ ਦੇ ਵਿੱਚ, ਫਿਰ ਬੰਦ ਕਰਕੇ ਰੱਖ ਲਵਾਂਗੇ। ਅਤੇ ਤੁਸੀਂ ਇਹਨੂੰ ਚਾਹੇ ਹੁਣੇ ਹੀ ਖਾ ਸਕਦੇ ਹੋ, ਸੌਫਟ ਹੋ ਗਿਆ ਹੋਇਆ ਵਾ ਅਤੇ ਟੇਸਟੀ ਵੀ ਆ। ਹਾਂਜੀ ਫਰੈਂਡਸ, ਅਚਾਰ ਆਪਣਾ ਬਣ ਕੇ ਰੈਡੀ ਹੋ ਗਿਆ, ਅਤੇ ਇਹੋ ਜਿਹੇ ਮੈਂ ਠੰਡਾ ਹੋਣ ਲਈ ਰੱਖਤਾ ਹੋਇਆ ਹੈ। ਅਤੇ ਮਸਾਲੇ ਤੁਸੀਂ ਦੇਖੇ ਨੇ ਜਿਹੜੇ ਮੈਂ ਪਾਏ ਨੇ। ਆਪਾਂ ਇਹਦੇ ਵਿੱਚ ਸਿਰਕਾ ਪਾਉਣ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ, ਕਿਉਂ ਜਿਹੜਾ ਆਮਲਾ ਹੁੰਦਾ ਹੈ ਆਪ ਹੀ ਪਹਿਲਾਂ ਹੀ ਖੱਟੇ ਹੁੰਦੇ ਨੇ ਔਲੇ ਤਾਂ, ਅਤੇ ਇਹਨਾਂ ਵਿੱਚ ਸਿਰਕਾ ਪਾਉਣ ਦੀ ਕੋਈ ਲੋੜ ਨਹੀਂ ਹੈਗੀ। ਅਤੇ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਇਹਦੀ ਮਤਲਬ ਲਾਈਫ ਸ਼ੈਲਫ ਥੋੜ੍ਹੀ ਜਿਹੀ ਜ਼ਿਆਦਾ ਹੋ ਜਾਂਦੀ ਆ ਅਚਾਰ ਦੀ, ਜੇ ਆਪਾਂ ਥੋੜ੍ਹਾ ਜਿਹਾ ਵਿੱਚ ਸਿਰਕਾ ਪਾ ਲਈਏ, ਬਟ ਆਪਾਂ ਨਹੀਂ ਪਾਉਣਾ ਹੈਗਾ, ਆਪਣੇ ਤਾਂ ਜਲਦੀ ਹੀ ਲੱਗ ਜਾਣਾ ਇਹ। ਅਤੇ ਹਾਂਜੀ ਫਰੈਂਡਸ, ਇਹ ਸੀ ਅੱਜ ਦੀ ਮੇਰੀ ਵੀਡੀਓ। ਅਗਰ ਤੁਹਾਨੂੰ ਪਸੰਦ ਆਈ ਵੀਡੀਓ ਤਾਂ ਇਹਨੂੰ ਲਾਈਕ ਕਰ ਦਿਓ ਨਾ, ਜੇ ਜ਼ਿਆਦਾ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੀ, ਜਿਹੜੇ ਨਿਊ ਫਰੈਂਡ ਆਉਣਗੇ। ਹਾਂਜੀ ਮਿਲਦੇ ਹਾਂ ਜੀ ਫਿਰ ਕਿਸੇ ਹੋਰ ਵੀਡੀਓ ਦੇ ਨਾਲ, ਉਦੋਂ ਤੱਕ ਲਈ ਜੀ ਬਾਏ ਬਾਏ, ਥੈਂਕ ਯੂ ਸੋ ਮੱਚ। ਇੰਨਾ ਜ਼ਿਆਦਾ ਅਚਾਰ ਸਵਾਦ ਆ, ਮੈਂ ਤਾਂ ਹੱਥ ਦੀ ਰੋਟੀ ਚੱਕ ਕੇ ਖਾਣ ਲੱਗ ਗਈ, ਮੂੰਹੋਂ ਨਹੀਂ ਲੈਂਦਾ, ਇੰਨਾ ਵਧੀਆ ਇੰਨਾ ਜ਼ਿਆਦਾ ਟੇਸਟੀ ਬਣਿਆ ਅਚਾਰ, ਵਾਹ ਵਾਹ।
ਵਾਹ ਵਾਹ ਵਾਹ, ਤੂੰ ਵੀ ਥੱਕ ਦੇਖ, ਪਟਾਕੇ ਚਲਾਉਂਦਾ ਤੇ ਮੇਰੇ ਪੈਰਾਂ ਚ ਪਈ ਜਾਂਦਾ, ਮੇਰੀ ਚੱਪਲ ਚ ਫਸਾ ਤਾ। ਪਲੇਟ ਚੱਕਣ ਦਾ ਵੀ ਟਾਈਮ ਨੀ ਹੈਗਾ, ਕਿਹੜਾ ਚੱਕੂਗਾ ਪਹਿਲਾਂ, ਮੈਂ ਕਿਹਾ ਸਵਾਦ ਦੇਖ ਲਈਏ।